ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਕੈਮ ਹੋ ਸਾਰੇ ਹੱਸਦੇ ਵੱਸਦੇ ਹੋਵੋਗੇ ਉਮੀਦ ਕਰਦਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਹੋਰ ਕਿਵੇਂ ਚੱਲਦਾ ਸਾਰਿਆਂ ਦਾ ਠੀਕ ਠਾਕ ਅਤੇ ਸੋ ਕਾਫੀ ਦਿਨਾਂ ਤੋਂ ਵੋਇਸ ਓਵਰ ਦੇ ਰਾਹੀਂ ਗ੍ਰਾਫਿਕਸ ਦੇ ਰਾਹੀਂ ਮੈਂ ਜਿਹੜਾ ਤੁਹਾਡੇ ਨਾਲ ਰੂਬਰੂ ਹੁੰਦਾ ਆ ਰਿਹਾ ਸੀ ਅਤੇ ਹੁਣ ਜਿਹੜਾ ਵਾ ਅੱਜ ਸੋਚਿਆ ਨਾਲੇ ਨਾਲੇ ਡਾਇਰੈਕਟ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਾਂ ਅਤੇ ਨਾਲੇ ਜਿਹੜਾ ਵਾ ਤੁਹਾਨੂੰ ਆਉਣ ਵਾਲੇ ਸਮੇਂ ਦੀਆਂ ਅਪਡੇਟਸ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਦਿਨ ਦਾ ਰਵਾਂ ਅਤੇ ਸੋ ਇੱਕ ਮਿੰਟ ਮੈਂ ਥੋੜ੍ਹੀ ਟਰਨ ਕਰ ਲਾਂ ਤਾਂ ਸਾਡੀ ਰੋਡ ਦੇ ਉੱਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੋ ਗਈ ਆ ਅਤੇ ਇਸ ਕਰਕੇ ਦੋ ਮਿੰਟ ਲੱਗ ਹੀ ਜਾਂਦੇ ਆ ਨਾ ਗਾੜੀ ਕੋ ਟਰਨ ਕਰਦੇ ਕਰਦੇ ਇਸਕੇ ਲੀਏ ਔਰ ਵੀ ਬਹੁਤ ਸਾਰਾ ਕੰਮ ਜਿਹੜਾ ਮੈਨੇਜ ਕਰਨਾ ਪੜੇਗਾ ਸੋ ਫਸਟ ਆਫ ਆਲ ਆਈ ਐਮ ਵੈਰੀ ਥੈਂਕਸਫੁਲ ਟੂ ਦਾ ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟ ਸੋ ਸਭ ਤੋਂ ਪਹਿਲਾਂ ਆਈ ਐਮ ਵੈਰੀ ਥੈਂਕਸਫੁਲ ਟੂ ਦਾ ਜਰਨਲਿਸਟ ਪੰਜਾਬ ਯੂਨੀਅਨ ਆਫ ਜਰਨਲਿਸਟ ਜਿਹਨਾਂ ਨੇ ਜਿਹੜਾ ਵਾ ਅਵਾਰਡ ਆਫ ਓਨਰ ਜਿਹੜਾ ਵਾ ਗੈਸਟ ਆਫ ਓਨਰ ਉਹਨਾਂ ਨੇ ਮੈਨੂੰ ਜਿਹੜਾ ਵਾ ਓਨਰਡ ਕੀਤਾ ਸੋ ਉਸਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਹਾਂ ਸਰਦਾਰ ਜਸਬੀਰ ਸਿੰਘ ਪੱਟੀ ਹੂ ਇਜ਼ ਬਿਲੋਂਗ ਟੂ ਪ੍ਰੋਮੀਨੈਂਟ ਜਰਨਲਿਸਟ ਫਰੋਮ ਅੰਮ੍ਰਿਤਸਰ ਏਰੀਆ ਅਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਜਰਨਲਿਜ਼ਮ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਮਾਰਕੇ ਮਾਰਿਆ ਇੱਥੋਂ ਤੱਕ ਕਿ ਉਹ ਯੂਨੀਅਨ ਨੂੰ ਵੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਲੀਡ ਕਰ ਰਹੇ ਨੇ ਸੋ ਇਸ ਤੋਂ ਇਲਾਵਾ ਜੇ ਆਉਣ ਵਾਲੀਆਂ ਵੀਡੀਓਜ਼ ਦੀ ਗੱਲ ਕਰਾਂ ਤਾਂ ਵੱਖ ਵੱਖ ਵਲੋਗਿੰਗ ਦੇ ਨਾਲ ਵਲੋਗਿੰਗ ਜਿਹੜੀ ਹੁਣ ਮੌਸਮ ਠੀਕ ਹੋ ਗਿਆ ਮੌਸਮ ਦਾ ਬੈਸਟ ਹੋਣ ਜਾ ਰਿਹਾ ਵਾ ਮਤਲਬ ਕਿ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਜਿਹੜਾ ਵਾ ਸਰਦੀਆਂ ਜਿਹੜੀਆਂ ਵਿੰਟਰਸ ਜਿਹੜੇ ਆ ਉਹਨਾਂ ਦੀ ਆਹਟ ਬਹੁਤ ਨਜ਼ਦੀਕ ਆ ਰਹੀ ਹੈ ਦਿਨ ਬ ਦਿਨ ਮਤਲਬ ਸਰਦੀਆਂ ਦੀ ਜਿਹੜੀ ਆ ਥੋੜ੍ਹੀ ਥੋੜ੍ਹੀ ਜਿਹੜੀ ਆ ਅਸਰ ਜਿਹੜਾ ਵਾ ਹਵਾ ਦੇ ਵਿੱਚ ਜਿਹੜਾ ਵਾ ਥੋੜ੍ਹੀ ਥੋੜ੍ਹੀ ਠੰਡਕ ਜਿਹੜੀ ਆ ਸਵੇਰੇ ਸ਼ਾਮ ਜਿਹੜੀ ਆ ਦੇਖਣੀ ਜਿਹੜੀ ਆ ਮਹਿਸੂਸ ਹੋਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਅਤੇ ਸ਼ਾਮ ਨੂੰ ਮੈਂ ਪਰਸੋਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਏਅਰਪੋਰਟ ਤੋਂ ਤਾਂ ਕੱਥੂ ਨੰਗ ਦੇ ਨੇੜੇ ਥੋੜ੍ਹਾ ਰੁਕਿਆ ਅਤੇ ਥੋੜ੍ਹੀ ਦੇਰ ਰੁਕਿਆ ਸੀ ਉੱਥੇ ਤਾਂ ਦੇਖਿਆ ਕਿ ਗੱਡੀ ਦੇ ਉੱਤੇ ਜਿਹੜਾ ਵਾ ਤਰੇਲ ਪੈ ਗਈ ਸ਼ਾਮ ਨੂੰ ਕੋਈ 8 ਵਜੇ ਦਾ ਸਮਾਂ ਹੋਵੇਗਾ ਤਾਂ ਮੈਨੂੰ ਮਹਿਸੂਸ ਹੋਇਆ ਵੀ ਆਹ ਤਰੇਲ ਪੈਣੀ ਦਾ ਸ਼ੁਰੂ ਹੋ ਗਈ ਆ ਅਤੇ ਹੁਣ ਛੇਤੀ ਛੇਤੀ ਸਿਆਲ ਵੀ ਆ ਰਿਹਾ ਹੈ ਨਾ ਤੋ ਇਸ ਤੋਂ ਇਲਾਵਾ ਆਪਾਂ ਵਲੋਗਿੰਗ ਵੀ ਸ਼ੁਰੂ ਕਰਾਂਗੇ ਇਸੇ ਚੈਨਲ ਦੇ ਉੱਤੇ ਅਤੇ ਹੋਰ ਵੀ ਜਿਹੜੇ ਆ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ ਫਿਲਮ ਇੰਡਸਟਰੀ ਨੂੰ ਲੈ ਕੇ ਜਾਂ ਰਾਜਨੀਤਿਕ ਸਮੀਕਰਨਾਂ ਨੂੰ ਲੈ ਕੇ ਨਿਊਜ਼ ਨਹੀਂ ਜਸਟ ਉਹਦਾ ਰਿਵਿਊ ਦੇਵਾਂਗੇ ਉਹਦਾ ਐਕਸ਼ਨ ਰਿਐਕਸ਼ਨ ਜੋ ਵੀ ਹੁੰਦੇ ਆ ਉਹ ਤੁਹਾਨੂੰ ਜਿਹੜਾ ਵਾ ਵੀਡੀਓ ਡਰੋਪ ਕਰਕੇ ਤੁਹਾਡੇ ਰੂਬਰੂ ਕਰਦਾ ਰਵਾਂਗਾ ਬਟ ਪਿਛਲੇ ਕੁਝ ਸਮੇਂ ਤੋਂ 1.5 ਮਹੀਨੇ ਤੋਂ ਮੈਂ ਆਪਣੇ ਵੋਇਸ ਓਵਰਸ ਦੇ ਰਾਹੀਂ ਤੁਹਾਡੇ ਨਾਲ ਗ੍ਰਾਫਿਕਸ ਨੂੰ ਜਿਹੜਾ ਵਾ ਦਿਖਾਉਂਦਾ ਰਿਹਾ ਵਾ ਅਤੇ ਇਸ ਕਰਕੇ ਵੀਡੀਓ ਦੇ ਵਿੱਚ ਬਹੁਤ ਘੱਟ ਆਉਂਦਾ ਰਿਹਾ ਕਿਉਂਕਿ ਕੁਝ ਕਾਰਨਾਂ ਕਰਕੇ ਥੋੜ੍ਹਾ ਬਿਜ਼ੀ ਵੀ ਸ਼ਡਿਊਲ ਹੋਣਦੇ ਕਰਕੇ ਮੈਂ ਜਲਦ ਜਲਦ ਮਿੰਟੋ ਮਿੰਟ ਜਿਹੜਾ ਕੰਮ ਜਿਹੜਾ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਲਈ ਕਰਦਾ ਰਿਹਾ ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡੇਲੀ ਜਿਹੜੀ ਆ ਵਲੋਗ ਵੀਡੀਓ ਵੀ ਪਵੇਗੀ ਅਤੇ ਵੋਇਸ ਓਵਰ ਵੀ ਪਵੇਗਾ ਅਤੇ ਹੋਰ ਵੀ ਬਹੁਤ ਸਾਰੀ ਤਮਾਮ ਜਿਹੜੀ ਅਪਡੇਟਸ ਨੇ ਉਹ ਤੁਹਾਨੂੰ ਅਵੇਲੇਬਲ ਹੁੰਦੀਆਂ ਰਹਿਣਗੀਆਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਸਾਰੇ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਥੋੜ੍ਹਾ ਬਹੁਤਾ ਸਪੋਰਟ ਕਰੋ ਮਤਲਬ ਕਿ ਤੁਹਾਡੀ ਡਿਜੀਟਲ ਕਰੰਸੀ ਦੀ ਬਹੁਤ ਜ਼ਿਆਦਾ ਲੋੜ ਆ 1000 ਸਬਸਕ੍ਰਾਈਬਰ ਜਿਹੜਾ ਵਾ 1-2 ਮਹੀਨੇ ਦੇ ਅੰਦਰ ਅੰਦਰ ਟਾਰਗੇਟ ਪੂਰਾ ਕਰਨਾ ਵਾ ਅਤੇ ਨਾਲ ਹੀ ਜਿਹੜਾ ਵਾਚ ਟਾਈਮ ਆ ਉਹ ਵੀ ਜਿਹੜਾ ਕੰਪਲੀਟ ਕਰਨਾ ਵਾ ਤਾਂ ਫਿਰ ਕੁਝ ਨਾ ਕੁਝ ਚਲੋ ਮੈਨੂੰ ਵੀ ਥੋੜ੍ਹੀ ਬਹੁਤੀ ਮੇਰਾ ਵੀ ਰੈਵਨਿਊ ਜਨਰੇਟ ਹੋਊਗਾ ਅਤੇ ਮੈਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਵਾ ਰੂਬਰੂ ਹੁੰਦਾ ਰਹਾਂਗਾ ਤੁਹਾਡੇ ਤੁਹਾਨੂੰ ਬਹੁਤ ਬਹੁਤ ਵਧੀਆ ਵੀਡੀਓਜ਼ ਜਿਹੜੀਆਂ ਵਾ ਅਵੇਲੇਬਲ ਕਰਾਉਂਦਾ ਰਹਾਂਗਾ ਵੱਖ ਵੱਖ ਜਿਹੜੀਆਂ ਪਲੇਸਿਸ ਨੇ ਪੰਜਾਬ ਤੋਂ ਇਲਾਵਾ ਹੋਰ ਵੀ ਜਿਹੜੀਆਂ ਅਦਰ ਸਟੇਟਸ ਨੇ ਉਹਨਾਂ ਦੀਆਂ ਵੱਖ ਵੱਖ ਜਿਹੜੀਆਂ ਪਲੇਸਿਸ ਨੇ ਹੋਰ ਵੀ ਜਿਹੜੇ ਵਧੀਆ ਤੋਂ ਵਧੀਆ ਖੇਤਰ ਨੇ ਉੱਥੇ ਜਾ ਕੇ ਤੁਹਾਨੂੰ ਉਹਨਾਂ ਦੀ ਜਾਣਕਾਰੀ ਵੀ ਦੇਵਾਂਗਾ ਮਤਲਬ ਕਿ ਆਊਟਡੋਰ ਜਿਹੜੀ ਆ ਸ਼ੂਟ ਅਤੇ ਆਊਟਡੋਰ ਜਿਹੜੀ ਆ ਜਿੰਨੀ ਵੀ ਵਲੋਗਿੰਗ ਆ ਉਹ ਥੋੜ੍ਹੇ ਬਹੁਤ 1-1.5 ਮਹੀਨੇ ਤੋਂ ਬਾਅਦ ਜਿਹੜੀ ਆ ਕੰਟੀਨਿਊਸਲੀ ਸ਼ੁਰੂ ਕਰਾਵਾਂਗਾ ਤੋ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਹੋਸਟ ਅਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ
ਕੁਝ ਵੀਡੀਓਜ਼ ਮੈਂ ਸ਼ੂਟ ਕੀਤੀਆਂ ਨੇ, ਇੱਕ ਤਾਂ ਜਲੇਬੀ ਤਿਆਰ ਕਰਦੇ ਆਂ ਦੀ ਹੈ ਨਾ, ਜਿਹੜੀ ਪੰਜਾਬ ਦਾ ਇੱਕ ਬਹੁਤ ਮਿੱਠਾ ਤੇ ਬਹੁਤ ਸਵੀਟ ਸਵੀਟ ਜਿਹੜਾ ਵਾ ਟ੍ਰੈਡੀਸ਼ਨਲ ਇੱਕ ਮਠਿਆਈ ਵੀ ਕਹਿ ਸਕਦੇ ਆ, ਉਹਨੂੰ ਇੱਕ ਡਿਸ਼ ਵੀ ਕਹਿ ਸਕਦੇ ਆ, ਜਲੇਬੀ। ਜਲੇਬੀ ਨੂੰ ਕਿਵੇਂ ਤਿਆਰ ਕਰਦੇ ਨੇ, ਕਿਵੇਂ ਉਸਨੂੰ ਪਹਿਲਾਂ ਜੋ ਵੀ ਉਸਦਾ ਪ੍ਰੋਸੀਜਰ ਹੈਗਾ ਵਾ ਉਹ ਸਾਰਾ ਮੈਂ ਸਾਰੀ ਪ੍ਰੋਸੀਡਿੰਗ ਜਿਹੜੀ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਐਡ ਕਰਕੇ ਮੈਂ ਤੁਹਾਨੂੰ ਦਿਖਾਵਾਂਗਾ ਵੀ ਕਿਵੇਂ ਜਿਹੜਾ ਵਾ ਦੁਕਾਨ ਵਾਲਾ, ਬਹੁਤ ਮਸ਼ਹੂਰ ਦੁਕਾਨ ਆ ਬਟਾਲੇ ਦੇ ਵਿੱਚ, ਡੇਰਾ ਬਾਬਾ ਨਾਨਕ ਰੋਡ ਦੇ ਥੱਲੇ ਜਿਹੜਾ ਫਾਟਕ ਆ ਨਾ, ਫਾਟਕ ਰੇਲਵੇ ਫਾਟਕ ਕਰੋਸਿੰਗ ਫਾਟਕ ਫਾਟਕ ਜਿਹੜਾ ਬਹੁਤ ਪੁਰਾਣਾ ਫਾਟਕ ਆ, ਉਹਦੇ ਰਾਈਟ ਹੈਂਡ ਇੱਕ ਨੁੱਕਰ 'ਤੇ ਦੁਕਾਨ ਆ ਜਲੇਬੀਆਂ ਵਾਲੀ ਆਪਣੇ ਬਾਈ ਉਹਨਾਂ ਦੀ। ਉੱਥੇ ਬਹੁਤ ਜ਼ਿਆਦਾ ਬਟਾਲੇ ਦੀ ਮਸ਼ਹੂਰ ਜਲੇਬੀ, ਦੋ ਜਲੇਬੀਆਂ ਵਾ ਜਿਹੜੀਆਂ ਵਾ ਬਟਾਲੇ 'ਚ ਬਹੁਤ ਮਸ਼ਹੂਰ ਨੇ, ਇੱਕ ਤਾਂ ਸਿੰਬਲ ਚੌਂਕ ਜਲੇਬੀ ਵਾਲਾ ਚੌਂਕ ਵੀ ਉਹ ਮਸ਼ਹੂਰ ਆ, ਅਤੇ ਇੱਕ ਜਿਹੜਾ ਇਹ ਫਾਟਕ ਵਾਲੀ ਜਲੇਬੀ ਵਾਲੀ ਦੁਕਾਨ। ਅਤੇ ਉੱਥੇ ਜੋ ਬਣ ਰਿਹਾ ਸੀ ਉਸ ਨੂੰ ਮੈਂ ਵੀਡੀਓ ਦੇ ਵਿੱਚ ਫਿਲਮਾਂਕਣ ਕਰਕੇ ਤੁਹਾਡੇ ਰੂਬਰੂ ਕਰਨ ਜਾ ਰਿਹਾ। ਸੋ ਇਸ ਵੀਡੀਓ ਨੂੰ ਇੰਜੋਏ ਕਰੋ ਅਤੇ ਆਪਣੀ ਓਪੀਨੀਅਨ ਅਤੇ ਜੋ ਵੀ ਤੁਹਾਡੀ ਫੀਡਬੈਕ ਆ ਮੇਰੇ ਇਸ ਚੈਨਲ ਪ੍ਰਤੀ ਜਾਂ ਮੇਰੇ ਪ੍ਰਤੀ ਥੱਲੇ ਜਿਹੜਾ ਕੋਮੈਂਟ ਬੋਕਸ ਆ ਉੱਥੇ ਜ਼ਰੂਰ ਮੈਨਸ਼ਨ ਕਰੋ, ਅਤੇ ਤਾਂ ਜੋ ਮੈਨੂੰ ਵੀ ਕੁਝ ਨਾ ਕੁਝ ਪਤਾ ਲੱਗਦਾ ਰਹੇ ਕਿ ਤੁਹਾਡੀ ਕੀ ਡਿਮਾਂਡਸ ਨੇ ਜਾਂ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਵਾ ਦੇਖਣੀਆਂ ਪਸੰਦ ਕਰਦੇ ਹੋ ਮੇਰੇ ਇਸ ਚੈਨਲ 'ਤੇ ਰਾਹੀਂ। ਅਤੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹੋਸਟ, ਜਦੋਂ ਵੀ ਮਾਲਕੂ ਉੱਤੇ ਹੱਸਦੇ ਵੱਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਪੰਜਾਬੀਓ। ਲਓ ਜੀ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਇਸੇ ਹੀ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਐਂਡ 'ਤੇ ਤੁਹਾਨੂੰ ਦੱਸਿਆ ਸੀ ਕਿ ਮੈਂ ਜਿਹੜੀਆਂ ਕੁਝ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਆਖਿਰ ਕਿਵੇਂ ਬਲੌਗ ਬਣਾਉਂਦਿਆਂ ਬਣਾਉਂਦਿਆਂ ਜਲੇਬੀ ਬਣ ਗਈ, ਮਤਲਬ ਕਿ ਜਲੇਬੀ ਵੀ ਬਣ ਰਹੀ ਆ ਅਤੇ ਨਾਲ ਨਾਲ ਤੁਸੀਂ ਵੇਖ ਰਹੇ ਹੋ ਕਿਵੇਂ ਕਿਵੇਂ ਇਸ ਨੂੰ ਤਲਿਆ ਜਾ ਰਿਹਾ ਅਤੇ ਕਿਵੇਂ ਇਸ ਨੂੰ ਫਰਾਈ ਕੀਤਾ ਜਾ ਰਿਹਾ। ਅਤੇ ਇਸ ਤੋਂ ਬਾਅਦ ਜਿਹੜੇ ਸਟੈਪ ਹੋਣਗੇ ਉਹ ਵੀ ਮੈਂ ਇਸੇ ਹੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਅਤੇ ਜੋ ਮਟੀਰੀਅਲ ਇਸ ਦੇ ਵਿੱਚ ਪੈਂਦਾ ਉਸ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ, ਅਤੇ ਇਸ ਦੇ ਬਾਰੇ ਇੱਕ ਵੱਖਰੀ ਵੀਡੀਓ ਵੀ ਤੁਹਾਨੂੰ ਬਣਾ ਕੇ ਦੇਵਾਂਗਾ ਅਤੇ ਦੱਸਾਂਗਾ ਕਿਵੇਂ ਇਹ ਜਿਹੜਾ ਮਟੀਰੀਅਲ ਤਿਆਰ ਕੀਤਾ ਜਾਂਦਾ ਵਾ। ਅਤੇ ਲਓ ਜੀ, ਇਹ ਦੇਖੋ ਕਿਵੇਂ ਤਲੀ ਜਾ ਰਹੀ ਹੈ, ਅਤੇ ਇਸ ਨੂੰ ਬਾਅਦ ਦੇ ਵਿੱਚ ਸੰਘਣੇ ਮਿੱਠੇ ਵਾਲੀ ਚਾਸ਼ਨੀ ਦੇ ਵਿੱਚ, ਮਤਲਬ ਚਾਹਣੀ ਵੀ ਇਸਨੂੰ ਕਹਿ ਦਿੰਦੇ ਠੇਠ ਪੰਜਾਬੀ ਦੇ ਵਿੱਚ, ਚਾਹਣੀ ਵੀ ਕਿਹਾ ਜਾਂਦਾ, ਅਤੇ ਚਾਸ਼ਨੀ ਮਤਲਬ ਕਿ ਡਾਰਕ ਮਿੱਠਾ ਜਿਹੜਾ ਵਾ ਇੱਕ ਖੰਡ ਦੀ ਬਣਾਈ ਜਾਂਦੀ, ਉਸਦੇ ਵਿੱਚ ਇਸਨੂੰ ਡੁਬੋਇਆ ਜਾ ਰਿਹਾ ਕੁਝ ਸਮੇਂ ਦੇ ਲਈ। ਅਤੇ ਹੁਣ ਜਿਹੜੀ ਆ ਇੱਕ ਪਾਸੇ ਤਲੀ ਜਾ ਰਹੀ ਹੈ ਇਹ ਜਲੇਬੀ, ਦੇ ਦੂਸਰੇ ਬੰਨੇ ਇਸਨੂੰ ਮਿਠਾਸ ਦੇਣ ਦੇ ਲਈ, ਇਸਨੂੰ ਮਿੱਠਾ ਕਰਨ ਦੇ ਲਈ ਚਾਸ਼ਨੀ ਦੇ ਵਿੱਚ ਡੁਬੋਇਆ ਜਾ ਰਿਹਾ। ਅਤੇ ਜਦੋਂ ਇਹ ਪੂਰੀ ਅਬਜ਼ੋਰਬ, ਜਦੋਂ ਇਹ ਚਾਸ਼ਨੀ ਨੂੰ ਆਪਣੇ ਅੰਦਰ ਪੂਰਾ ਅਬਜ਼ੋਰਬ ਕਰ ਲਵੇਗੀ, ਤਾਂ ਉਦੋਂ ਬਣ ਜਾਵੇਗੀ ਇੱਕ ਮਿੱਠੀ ਮਿੱਠੀ ਜਲੇਬੀ। ਅਤੇ ਵੇਖੋ ਪ੍ਰੋਸੈਸ ਵੇਖੋ ਕਿਵੇਂ ਦਾ ਵਾ, ਮਤਲਬ ਪਹਿਲਾਂ ਇਸ ਨੂੰ ਸਾਰਾ ਜਿਹੜਾ ਵਾ ਇਹਦਾ ਰੋ ਮਟੀਰੀਅਲ ਤਿਆਰ ਕੀਤਾ ਜਾਂਦਾ, ਬਾਅਦ ਇਸ ਨੂੰ ਗੋਲ ਗੋਲ ਕਰਕੇ ਜਿਹੜਾ ਵਾ ਫਰਾਈ ਕੀਤਾ ਜਾਂਦਾ, ਫਿਰ ਇਸ ਨੂੰ ਐਵੇਂ ਡੁਬੋ ਕੇ ਰੱਖਿਆ ਜਾਂਦਾ ਮਿੱਠੇ ਦੇ ਵਿੱਚ, ਚਾਸ਼ਨੀ ਦੇ ਵਿੱਚ, ਸ਼ੂਗਰ ਦੇ ਵਿੱਚ। ਤਾਂ ਲਓ ਜੀ, ਹੁਣ ਹੋ ਗਈ ਆ ਜਲੇਬੀ ਤਿਆਰ, ਮਿੱਠੀ ਮਿੱਠੀ ਅਤੇ ਹੈਵੀ ਸ਼ੂਗਰ ਵਾਲੀ, ਅਤੇ ਬਹੁਤ ਹੀ ਜਿਹੜੀ ਆ ਟ੍ਰੈਡੀਸ਼ਨਲ ਡਿਸ਼ ਆ ਪੰਜਾਬ ਦੇ ਵਿੱਚ, ਅਤੇ ਪੰਜਾਬ ਤੋਂ ਬਾਹਰ ਵੀ ਇਹ ਬਹੁਤ ਜ਼ਿਆਦਾ ਜਿਹੜੀ ਆ ਚੱਲਦੀ ਆ ਅਤੇ ਬਹੁਤ ਖਾਧੀ ਜਾਂਦੀ। ਹੁਣ ਹੋ ਰਹੀ ਆ ਪੈਕ, ਅਤੇ ਇਸਨੂੰ ਲਿਫਾਫੇ ਦੇ ਵਿੱਚ ਪੈਕ ਕਰਕੇ ਜਿਹੜਾ ਵਾ ਤੁਹਾਨੂੰ ਦਿੱਤਾ ਜਾਵੇਗਾ, ਜਿੰਨੀ ਵੀ ਤੁਸੀਂ ਲੈਣੀ ਆ। ਸੋ ਪਲਾਸਟਿਕ ਲਿਫਾਫੇ ਬੈਨ ਇਸ ਕਰਕੇ ਕਾਗਜ਼ ਦੇ ਲਿਫਾਫੇ ਵਿੱਚ ਪਾਈ ਜਾ ਰਹੀ ਆ।